ਮੈਂ ਭਾਅ ਜੀ ਕੱਲ ਕੰਮ ਤੋਂ ਆਇਆ ਤੇ ਮੈਂ ਦੁਕਾਨ ਤੇ ਗਿਆ। ਆਪਾਂ ਦੋਨੇ ਭਰਾ ਬੈਠੇ ਸੀਗੇ ਤੇ 5-7 ਮੁੰਡੇ ਆਏ, ਘੱਟੋ ਘੱਟ 8-10 ਜਣੇ ਸੀਗੇ। ਉਹਨਾਂ ਨੇ ਸਾਡੇ ਤੇ ਤੇਜ਼ ਨਾਲ ਹਥਿਆਰਾਂ ਦੇ ਨਾਲ ਸਾਡੇ ਤੇ ਵਾਰਦਾਤ ਕੀਤੀ। ਭਾਅ ਜੀ ਸਾਡੀ ਪਹਿਲਾਂ ਕੋਈ ਲੜਾਈ ਹੋਈ ਸੀ, ਉਹ ਚਲੋ ਰਾਜ਼ੀਨਾਮਾ ਹੋ ਗਿਆ ਸੀ, ਪਰ ਫੇਰ ਵੀ ਭਾਅ ਜੀ ਉਹਨਾਂ ਨੇ ਬਿਨਾਂ ਦੱਸੇ ਕੱਲ ਸਾਡੇ ਤੇ ਵਾਰਦਾਤ ਉਹਨਾਂ ਨੇ ਪਾਈ। ਭਾਅ ਜੀ ਭਾਅ ਜੀ ਆਪਾਂ ਪਿੰਡ ਜਹਾਨ ਖਿੱਲਾ ਜੀ, ਸਾਡੀ ਕੱਪੜੇ ਦੀ ਦੁਕਾਨ ਆ ਭਾਅ ਜੀ, ਆਪਾਂ ਉੱਥੇ ਬੈਠੇ ਸੀਗੇ। ਹਾਂਜੀ ਭਾਅ ਜੀ ਪਿੰਡ ਦੇ ਹੀ ਸੀਗੇ। ਉਹਨਾਂ ਨਾਲ ਪਹਿਲਾਂ ਲੜਾਈ ਹੋਈ ਸੀ ਸਾਡੀ, ਪਰ ਰਾਜ਼ੀਨਾਮਾ ਹੋ ਗਿਆ ਸੀ, ਪਰ ਉਹਨਾਂ ਨੇ ਫੇਰ ਵੀ ਕੱਲ੍ਹ ਸਾਡੇ 'ਤੇ ਵਾਰਦਾਤ ਪਾਈ ਉਹਨਾਂ ਨੇ। ਹਾਂਜੀ ਭਾਅ ਜੀ ਕੀਤੀ ਆ, ਕੋਈ ਹਲੇ ਕਾਰਵਾਈ ਨਹੀਂ ਹੋਈ। ਨਹੀਂ ਹਲੇ ਤੱਕ ਨਹੀਂ ਕੋਈ ਆਇਆ ਜੀ। ਮੇਰਾ ਨਾਮ ਭਾਅ ਜੀ ਮੋਨੂ, ਪਿੰਡ ਜਹਾਨ ਕਿੱਲਾ ਤੋਂ ਰਹਿਣ ਵਾਲਾ। ਕਾਹਦਾ ਕੰਮ ਕਰਦੇ? ਮੇਰੇ ਭਾਅ ਜੀ ਕੱਪੜੇ ਦੀ ਦੁਕਾਨ ਹੈ, ਇੱਕ ਚਿਕਨ ਦੀ ਦੁਕਾਨ ਹੈ। ਸਾਡੀ ਦੁਕਾਨ ਦੇ ਉੱਤੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ, ਕੀ ਕਾਰਨ? ਕਾਰਨ ਭਾਅ ਜੀ ਇਹ ਸੀਗਾ ਕਿ ਸਾਡੀ 2 ਦਿਨ ਪਹਿਲਾਂ ਤੁਦੂ ਮਹਿਮਾ ਹੋਈ ਸੀਗੀ, ਜਿਹਦੇ ਵਿੱਚ ਸਾਨੂੰ ਜਾਤੀ ਸੂਚੀ ਉਹਨਾਂ ਨੇ ਬੋਲਿਆ ਸੀਗਾ। ਉਹਦੇ ਵਿੱਚ ਕੱਲ੍ਹ ਇੱਕ ਮੁੰਡੇ ਨੂੰ ਅਸੀਂ, ਉਹਨੇ ਸਾਨੂੰ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਕਿ ਤੁਸੀਂ ਐਸੀ ਹਾਂ, ਅਸੀਂ ਤੁਹਾਨੂੰ ਥੱਲੇ ਰੱਖਣਾ, ਅਸੀਂ ਰਾਜਪੂਤ ਹਾਂ, ਅਤੇ ਜਾਣੀ ਕਿ ਸਾਨੂੰ ਜਾਤੀ ਸੂਚਕ ਕਾਫੀ ਮੰਦਾ ਚੰਗਾ ਬੋਲਿਆ ਉਹਨੇ। ਅਤੇ ਉਹਦੇ ਸੰਬੰਧ ਵਿੱਚ ਜਿੱਦਾਂ ਕਿ ਮੈਂ ਨੌਜਵਾਨ ਸਭਾ ਬਾਲਮੀਕ ਪ੍ਰਧਾਨ ਆਪਣੇ ਮੁਹੱਲੇ ਤੋਂ, ਅਤੇ ਉਹਦੇ ਵਿੱਚ ਮੈਂ ਉਹਨੂੰ ਪੁੱਛਿਆ ਕਿ ਤੂੰ ਸਾਨੂੰ ਇੱਦਾਂ ਜਾਤੀ ਸੂਚਕ ਬੋਲਦਾ ਪਿਆ ਹੈ, ਅਤੇ ਉਹ ਕਹਿੰਦਾ ਅਸੀਂ ਇੱਦਾਂ ਬੋਲਣਾ ਕਿ ਤੁਸੀਂ ਛੋਟੀ ਜਾਤ ਦੇ, ਅਸੀਂ ਤੁਹਾਨੂੰ ਛੋਟੀ ਜਾਤ ਦਾ ਹੀ ਰੱਖਣਾ ਚਾਹੁੰਦੇ ਹਾਂ, ਅਸੀਂ ਆਪਣੇ ਪੈਰਾਂ ਥੱਲੇ ਰੱਖਾਂਗੇ ਅਤੇ ਤੁਹਾਨੂੰ ਵਧਣ ਨਹੀਂ ਦੇਣਾ ਅਸੀਂ। ਅਤੇ ਉਸ ਦੇ ਵਿੱਚ ਸਾਡੀ ਤੂੰ ਮਹਿਮਾ ਹੋਈ ਅਤੇ ਅਸੀਂ ਚੁੱਪ ਕਰਕੇ ਬਹਿ ਗਏ, ਅਤੇ ਪਰਸੋਂ ਦੀ ਜਿਹੜੀ ਨਿਬੜ ਗਈ ਸੀਗੀ। ਅਤੇ ਉਸ ਤੋਂ ਬਾਅਦ ਕੱਲ੍ਹ ਉਹਨਾਂ ਨੇ ਰੰਜਿਸ਼ ਰੱਖੀ ਪਈ ਸੀਗੀ ਆਪਣੇ ਮਨ ਦੇ ਵਿੱਚ ਕਿ ਇਹਨਾਂ ਦਾ ਆਪਾਂ ਕੁਛ ਕਰਨਾ ਗਾ, ਅਤੇ ਸਾਨੂੰ ਪਤਾ ਨਹੀਂ ਸੀਗਾ, ਅਸੀਂ ਆਪਣੇ ਧਿਆਨ ਦੇ ਵਿੱਚ ਬੈਠੇ ਪਏ ਸੀਗੇ, ਅਤੇ ਪਿੱਛੋਂ ਆ ਗਏ ਸਾਡੇ ਉੱਤੇ ਵਾਰਦਾਤ ਕੀਤੀ, ਸਾਡੀ ਮਾਤਾ ਦੇ ਵੀ ਵੱਜੀਆਂ ਜਿਹਦੇ ਵਿੱਚ, ਅਤੇ ਸਾਨੂੰ ਫਿਰ ਉਹਨਾਂ ਨੇ ਜਾਤੀ ਸੂਚੀ ਕਿ ਐਸੀ ਦੀਆਂ ਗਾਲਾਂ ਕੱਢੀਆਂ ਵੀਡੀਓ। ਹਾਂਜੀ ਸੀਸੀਟੀਵੀ ਕੈਮਰੇ ਲੱਗੇ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਤੇਜ਼ ਧਾਰਾ ਹਥਿਆਰਾਂ ਨਾਲ ਆਉਂਦੇ ਆ, ਲੈਸ ਹੋ ਗਏ, ਅਤੇ ਸਾਡੇ ਦੇ ਉੱਤੇ ਆਉਂਦੇ ਵਾਰਦਾਤ ਕਰਨ ਲੱਗ ਪੈਂਦੇ, ਕਿਉਂਕਿ ਆਪਾਂ ਮਿੰਨਤਾਂ ਵੀ ਕਰਦੇ, ਸਾਡੀ ਮਾਤਾ ਵੀ ਵਿੱਚ ਪਈ ਆ। ਉਹਨਾਂ ਨੇ ਵੀ ਦੇਖੋ ਹੱਥ ਜੋੜੇ ਕਿ ਨਹੀਂ ਚਲੋ ਪਿੰਡਦਾਰੀ ਹੈਗੀ, ਆਪਾਂ ਕਿਹਾ ਨਹੀਂ ਲੜਨਾ ਆਪਾਂ, ਪਰ ਉਸ ਬੰਦੇ ਨੇ ਜੋ ਕਿ ਸਾਡੇ ਪਿੰਡ ਦਾ ਇੱਕ ਬੰਦਾ ਹੈਗਾ ਆ, ਉਹ ਭਾਗੂ ਨਾਮ ਦਾ ਆ, ਜਾਣੀ ਕਿ ਉਹ ਜ਼ਿਆਦਾ ਨਿਆਣਿਆਂ ਨੂੰ ਹਲਾਸ਼ੇਰੀਆਂ ਦਿੰਦਾ ਹੈ ਕਿ ਆਲੇ ਦੁਆਲੇ ਦਹਿਸ਼ਤ ਬਣੀ ਰਹੇ ਸਾਡੀ। ਇਹ ਭਾਅ ਜੀ 7:30 ਦੀ ਪੂਰੀ ਗੱਲਬਾਤ ਆ, 6:45 ਆਏ ਆ, ਜਾਣੀ ਕਿ 7:30 ਅਸੀਂ ਇੱਥੇ ਆ ਗਏ। ਪੁਲਿਸ ਭਾਅ ਜੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਹਾਲੇ ਤੱਕ ਕੋਈ ਨਹੀਂ ਪਹੁੰਚਿਆ। ਜੇ ਪੁਲਿਸ ਜੇ ਕਾਰਵਾਈ ਨਹੀਂ ਕਰਦੀ ਆ, ਸਾਡਾ ਬਾਲਮੀਕ ਸਮਾਜ
ਪ੍ਰਭਾਤ ਚੌਂਕ ਪੂਰਾ ਜਾਮ ਕੀਤਾ ਜਾਊਗਾ, ਸਾਡੇ ਨਾਲ ਐਸੀ ਸਮਾਜ ਸਾਰਾ ਪੂਰਾ ਖੜਾ ਹੈ। ਸਰ ਇੱਕ ਜਹਾਨ ਖੇਲਾਂ ਤੋਂ ਲੜਾਈ ਝਗੜੇ ਦਾ ਮੈਟਰ ਸਾਹਮਣੇ ਆਇਆ, CCTV ਵੀਡੀਓ ਵੀ ਸਾਹਮਣੇ ਆਈ ਆ, ਮੁੰਡੇ ਹੱਥਾਂ ਦੇ ਵਿੱਚ ਖੰਡੇ ਖੁੰਡੇ ਲੈ ਕੇ ਇੱਕ ਮੁੰਡੇ ਦੀ ਕੁੱਟਮਾਰ ਕਰ ਰਿਹਾ, ਕੀ ਪੂਰਾ ਮਾਮਲਾ ਜੀ ਹੈ? ਉਸ ਸੰਬੰਧੀ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ 'ਤੇ ਦੋ ਬੰਦੇ ਗ੍ਰਿਫਤਾਰ ਕੀਤੇ ਜਾ ਚੁੱਕੇ ਆ, ਜਿਹਨੂੰ ਅੱਜ ਅਦਾਲਤ ਵਿੱਚ ਕੀਤਾ ਜਾ ਰਿਹਾ। ਅਤੇ ਕਾਰਨ ਪਤਾ ਲੱਗਿਆ ਸਰ, ਕਾਰਨ ਕੀ ਸੀਗਾ? ਮਾੜੀ ਮੋਟੀ ਗਾਲੀ ਜੋੜ ਕੇ ਕੰਮ ਗਿਆ। ਠੀਕ ਆ, ਅਤੇ ਕਿੰਨੇ ਜਾਣੇ 'ਤੇ FIR ਦਿੱਤੀ ਗਈ ਜੀ? 4 ਅਤੇ 22 ਨੇ, ਮੈਂ 2 ਅਤੇ ਦੂਜੀ ਆ ਗਈ। ਅਤੇ ਕਿੰਨੇ ਬੰਦੇ ਅਰੈਸਟ ਹੋ ਚੁੱਕੇ ਨੇ ਹੁਣ ਤੱਕ? ਅਰੈਸਟ 2 ਹੋ ਗਏ। ਕੀ ਹਾਲਾਤ ਹੈ ਇਹਨਾਂ ਦੇ? ਜਿਹੜਾ ਮੁੰਡਾ ਜ਼ਖਮੀ ਆ ਹਸਪਤਾਲ, ਉਹਦੇ ਕੀ ਹਾਲਾਤ ਆ ਜੀ? ਕੀ ਉਹਨਾਂ ਦਾ ਇੱਕ ਪਰਿਵਾਰ ਕਹਿੰਦਾ ਕਿ ਬਿਆਨ ਲੈਣ ਨਹੀਂ ਆਇਆ ਅਜੇ ਤੱਕ ਕੋਈ? ਬਿਆਨ ਤਾਂ ਕੱਲ੍ਹ ਹੋ ਗਿਆ ਜੀ। ਠੀਕ ਹੈ, 2 ਅਰੈਸਟ ਕੀਤੇ ਨੇ ਜੀ।